ਪਿਆਰੇ ਬੱਚਿਓ, ਤੁਹਾਡੇ ਵਾਸਤੇ ਤੁਹਾਡੇ ਅਧਿਆਪਕ ਇਸ ਸਮੇਂ ਦੇ ਵਿੱਚ ਲਗਾਤਾਰ ਈ ਲਰਨਿੰਗ ਰਿਸੋਰਸਸ ਤੁਹਾਡੇ ਨਾਲ ਸਾਂਝੇ ਕਰ ਰਹੇ ਨੇ। ਵਟਸਐਪ ਗਰੁੱਪਸ ਤੇ ਤੁਹਾਡੀ ਉਹਨਾਂ ਨਾਲ ਇੰਟਰੈਕਸ਼ਨ ਵੀ ਹੋ ਰਹੀ ਹੈ। ਉਸ ਤੋਂ ਬਿਨਾਂ ਵੀ ਤੁਸੀਂ ਜਦੋਂ ਕਿਸੇ ਮੁਸ਼ਕਲ ਦਾ ਸਾਹਮਣਾ ਕਰੋ ਜਾਂ ਜਦੋਂ ਕਿਸੇ ਵੀ ਕੋਈ ਇੰਟਰੈਕਸ਼ਨ ਦੀ ਲੋੜ ਹੋਵੇ, ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਉਹ ਹਮੇਸ਼ਾ ਤੁਹਾਡੀ ਹੈਲਪ ਕਰਨ ਲਈ ਤਿਆਰ ਨੇ। ਜੇ ਉਹ ਘਰੇ ਬੈਠੇ ਤੁਹਾਡੇ ਵਾਸਤੇ ਮਿਹਨਤ ਕਰਕੇ ਈ ਕੰਟੈਂਟ ਤਿਆਰ ਕਰਕੇ, ਤੁਹਾਡੇ ਵਾਸਤੇ ਈ ਰਿਸੋਰਸਸ ਤਿਆਰ ਕਰਕੇ ਦੇ ਰਹੇ ਨੇ, ਤਾਂ ਤੁਹਾਡਾ ਵੀ ਉਨਾ ਹੀ ਫਰਜ਼ ਬਣਦਾ ਕਿ ਉਸ ਚੀਜ਼ ਨੂੰ ਪੜ੍ਹੀਏ, ਵਿਚਾਰੀਏ, ਤੇ ਜੇ ਕਿਤੇ ਮੁਸ਼ਕਲ ਆਉਂਦੀ ਹੈ ਤਾਂ ਚਰਚਾ ਕਰਨ ਵਾਸਤੇ ਪਲੇਟਫਾਰਮ ਸਾਰੇ ਖੁੱਲੇ ਨੇ। ਤੁਸੀਂ ਵਟਸਐਪ ਤੇ ਚਰਚਾ ਕਰ ਸਕਦੇ ਹੋ, ਤੁਸੀਂ ਆਪਣੇ ਮੈਂਟਰ ਗਰੁੱਪ ਬਣੇ ਨੇ ਉਹਨਾਂ 'ਚ ਚਰਚਾ ਕਰ ਸਕਦੇ ਹੋ, ਤੁਸੀਂ ਆਪਣੇ ਟੀਚਿੰਗ ਸਬਜੈਕਟ ਦੇ ਜੋ ਗਰੁੱਪਸ ਬਣੇ ਨੇ ਉਹਨਾਂ ਦੇ ਵਿੱਚ ਚਰਚਾ ਕਰ ਸਕਦੇ ਹੋ। ਇਸ ਤੋਂ ਬਿਨਾਂ ਆਪਣਾ ਫੇਸਬੁੱਕ ਪੇਜ ਚੱਲ ਰਿਹਾ, ਫੇਸਬੁੱਕ ਪੇਜ ਨੂੰ ਲਾਈਕ ਕਰੋ, ਆਪਣੇ ਇਸ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਨੋਟੀਫਿਕੇਸ਼ਨ ਵਾਲੇ ਬਟਨ ਨੂੰ ਦਬੋ ਤਾਂ ਕਿ ਜਦੋਂ ਵੀ ਟੀਚਰ ਕੋਈ ਅਪਡੇਟ ਪਾਉਂਦੇ ਨੇ ਤਾਂ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ। ਸੋ ਇਹਨਾਂ ਰਿਸੋਰਸਸ ਦੇ ਨਾਲ, ਇਹਨਾਂ ਮੀਡੀਆਜ਼ ਦੇ ਥਰੂ ਆਪਾਂ ਇੱਕ ਦੂਜੇ ਨਾਲ ਮਿਲਦੇ ਰਹਾਂਗੇ, ਤੇ ਆਉਣ ਵਾਲੇ ਦਿਨਾਂ 'ਚ ਆਪਾਂ ਪਲਾਨ ਕਰਾਂਗੇ ਕਿ ਜੇ ਆਪਣੇ ਸਾਰੇ ਬੱਚਿਆਂ ਦੇ ਨਾਲ ਇੱਕ ਮੀਟਿੰਗ ਹੋ ਸਕੇ ਵਰਚੁਅਲ ਫਾਰਮ ਦੇ ਵਿੱਚ, ਵੀਡੀਓ ਕਾਨਫਰੰਸਿੰਗ ਦੇ ਥਰੂ, ਜਿਹਦੇ ਵਾਸਤੇ ਬਹੁਤ ਸਾਰੇ ਪਲੇਟਫਾਰਮ ਨੇ। ਅਸੀਂ ਸਟਾਫ ਮੈਂਬਰ ਇੱਕ ਪਲੇਟਫਾਰਮ ਯੂਜ਼ ਕਰਕੇ ਇੱਕ ਮੀਟਿੰਗ ਕਰ ਚੁੱਕੇ ਹਾਂ, ਜਿਹੜਾ ਪਲੇਟਫਾਰਮ ਸੀ ਜੂਮ, ZOOM। ਇਹਨੂੰ ਤੁਸੀਂ ਗੂਗਲ ਕਰੋਗੇ, ਸਰਚ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ, ਜਿਹਦੇ ਵਿੱਚ 100 ਪਾਰਟਿਸਪੈਂਟ ਤੱਕ ਅਸੀਂ ਮੀਟਿੰਗ ਕਰ ਸਕਦੇ ਹਾਂ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਰ ਸਕਦੇ ਹਾਂ। ਇਸ ਸਮੇਂ ਦੌਰਾਨ ਤੁਸੀਂ ਹਮੇਸ਼ਾ ਆਪਣੇ ਕੰਟੈਂਟ ਨਾਲ ਜੁੜੇ ਰਹੋ, ਜਿੱਥੋਂ ਤੱਕ ਹੋ ਸਕੇ ਐਜ਼ ਅ ਟੀਚਰ ਤੁਸੀਂ ਬਣਨ ਜਾ ਰਹੇ ਹੋ। ਸੋ ਆਪਣੀ ਭੂਮਿਕਾ ਹੁਣੇ ਸਮਝਦੇ ਹੋਏ, ਪਹਿਲਾਂ ਤਾਂ ਆਪ ਚੰਗੀ ਤਰ੍ਹਾਂ ਸਿੱਖਿਅਕ ਹੋਵੋ ਤੇ ਨਾਲ ਦੀ ਨਾਲ ਸਮਾਜ ਦੇ ਵਿੱਚ ਜਿੱਥੇ ਵੀ ਜਿਸ ਮੀਡੀਆ ਰਾਹੀਂ ਤੁਸੀਂ ਆਪਣਾ ਰੋਲ ਪਲੇ ਕਰ ਸਕਦੇ ਹੋ, ਅੱਜ ਤੋਂ ਹੀ ਆਪਣਾ ਰੋਲ ਪਲੇ ਕਰਨਾ ਸ਼ੁਰੂ ਕਰੋ ਅਤੇ ਸਮਾਜ ਦੇ ਇੱਕ ਰਿਸਪੋਨਸੀਬਲ ਸਿਟੀਜ਼ਨ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰੋ। ਸਾਨੂੰ ਉਮੀਦ ਹੈ ਕਿ ਇਸ ਮਾਣਮੱਤੀ ਧਰਤੀ GHG ਖਾਲਸਾ ਕਾਲਜ ਆਫ ਐਜੂਕੇਸ਼ਨ ਗੁਰੂਸਰ ਸੁਧਾਰ ਦੇ ਵਿਦਿਆਰਥੀ ਹੋਣ ਦਾ ਤੁਹਾਨੂੰ ਵੀ ਮਾਣ ਹੋਏਗਾ ਤੇ ਸਾਨੂੰ ਵੀ ਮਾਣ।